हेलो फ्रेंड्स, दिस इज हरविंदर सिंह एंड वेलकम टू द यूट्यूब चैनल सपोर्ट फॉर एजुकेशन। इस वीडियो विच असी करांगे पंजाबी दा नोवल एक होर नवा साल विचों मोस्ट इंपोर्टेंट प्रसंग सहित व्याख्या। दोस्तों, इस गल दा ध्यान रखो कि इस वीडियो विच असी नोवल दीआं जिहड़ीआं वी प्रसंग सहित व्याख्या कीतीआं हन उह बहुत ज्यादा इंपोर्टेंट हन, उहनां दे पेपर दे आउण विच बहुत ज्यादा चांस हन। इस करके आप सारे विद्यार्थी इस वीडियो नूं शुरू तों लैके एंड तक पूरा देखो ते इह सारीआं प्रसंग सहित व्याख्यावां चंगी तरह याद कर लो। ते जे अजे तक आप सारे ने यूट्यूब चैनल सपोर्ट फॉर एजुकेशन नूं सब्सक्राइब नहीं किया ते चैनल नूं सब्सक्राइब जरूर करो ताकि नवीआं वीडियोस आप सारे नूं समय से प्राप्त हो सकन। आओ शुरू करदे आं। सब तो पहले भलीए लोके जिहड़ी चाह लोग बिस्तरा छड्डण तों पहला पींदे आ उह हुंदी आ बैड टी। चल उठ पिया दे अज सानूं वी बैड टी। ते प्रसंग विच असीं लिख सकदे आं, इह वार्तालाप नरेंद्र तस्नीम दे नॉवल एक होर नवां साल दे सवेर भाग विचों लिया गया है। ਇਹ ਵਾਰਤਾਲਾਪ ਬੰਦਾ ਆਪਣੀ ਪਤਨੀ ਤਾਰੋ ਨੂੰ ਉਦੋਂ ਕਹਿੰਦਾ ਹੈ ਜਦੋਂ ਉਸ ਤੋਂ ਬੈੱਡ ਟੀ ਦਾ ਮਤਲਬ ਪੁੱਛਦੀ ਹੈ। ਤੇ ਵਿਆਖਿਆ ਵਿੱਚ ਅਸੀਂ ਲਿਖ ਸਕਦੇ ਹਾਂ, ਬੰਦਾ ਤਾਰੋ ਨੂੰ ਆਖਦਾ ਹੈ ਕਿ ਬੈੱਡ ਟੀ ਉਹ ਹੁੰਦੀ ਹੈ ਜਿਹੜੀ ਵੱਡੇ ਲੋਕ ਬਿਸਤਰਾ ਛੱਡਣ ਤੋਂ ਪਹਿਲਾਂ ਪੀਂਦੇ ਹਨ ਤੇ ਉਹ ਵੀ ਉਸਨੂੰ ਬੈੱਡ ਟੀ ਪਿਲਾਵੇ। ਨਵੇਂ ਸਾਲ ਦਾ ਪਹਿਲਾ ਦਿਨ ਚੜ੍ਹਨ ਦੀ ਖੁਸ਼ੀ ਵਿੱਚ ਬੰਦਾ ਬੈੱਡ ਟੀ ਪੀਣ ਦੀ ਗੱਲ ਕਰਦਾ ਹੈ। ਦੂਜਾ, ਕਿੱਥੇ ਰਾਜਾ ਭੋਜ, ਕਿੱਥੇ ਗੰਗੂ ਤੇਲੀ, ਅਸੀਂ ਤਾਂ ਉਹਨਾਂ ਦੇ ਪਾਸਕੂ ਵੀ ਨਹੀਂ ਮਿੰਦਰ ਦੀ ਝਾਈ। ਤੇ ਇਸਦੇ ਪ੍ਰਸੰਗ ਵਿੱਚ ਅਸੀਂ ਲਿਖ ਸਕਦੇ ਹਾਂ, ਇਹ ਸ਼ਬਦ ਨਰਿੰਦਰ ਤਸਨੀਮ ਦੇ ਨੋਵਲ ਇੱਕ ਹੋਰ ਨਵਾਂ ਸਾਲ ਦੇ ਭਾਗ ਸਵੇਰ ਵਿੱਚ ਬੰਤੇ ਦੇ ਰਿਕਸ਼ੇ ਵਿੱਚ ਸਵਾਰ ਇੱਕ ਪਤੀ ਆਪਣੀ ਪਤਨੀ ਨੂੰ ਆਖਦਾ ਜਦੋਂ ਉਹ ਕਹਿੰਦੀ ਹੈ ਕਿ ਅਮਰੀਕਾ ਦੇ ਮੁਕਾਬਲੇ ਸਾਡਾ ਦੇਸ਼ ਵੀ ਘੱਟ ਅਮੀਰ ਨਹੀਂ। ਵਿਆਖਿਆ ਵਿੱਚ ਅਸੀਂ ਲਿਖ ਸਕਦੇ ਹਾਂ, ਪਤੀ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਹਾਲ ਬਾਜ਼ਾਰੋਂ ਮਿਲਣ ਵਾਲੇ ਸਸਤੇ ਕੱਪੜੇ ਅਮਰੀਕਾ ਵਰਗੇ ਅਮੀਰ ਦੇਸ਼ ਦੇ ਲੋਕਾਂ ਨੇ ਲਾ ਕੇ ਸੁੱਟੇ ਹੁੰਦੇ ਹਨ। ਪਤਨੀ ਆਖਦੀ ਹੈ ਕਿ ਸਾਡਾ ਦੇਸ਼ ਵੀ ਅਮੀਰ ਹੈ। ਪਤੀ ਉਸਨੂੰ ਸਮਝਾਉਂਦਾ ਹੈ ਕਿ ਅਸੀਂ ਅਮੀਰ ਦੇਸ਼ਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਅਗਲਾ ਹੈ, ਆਪਾਂ ਵੀ ਆਪਣੀਆਂ ਦੋਹਾਂ ਕਾਕੀਆਂ ਨੂੰ ਉਨਾ ਹੀ ਪੜ੍ਹਾਉਣਾ ਜਿੰਨਾ ਕਿ ਫੁੰਮਣ ਨੂੰ। ਤੇ ਇਸੇ ਪ੍ਰਸੰਗ ਵਿੱਚ ਅਸੀਂ ਲਿਖ ਸਕਦੇ ਹਾਂ, ਇਹ ਸ਼ਬਦ ਨਰਿੰਦਰ ਤਸਨੀਮ ਦੇ ਨੋਵਲ ਇੱਕ ਹੋਰ ਨਵਾਂ ਸਾਲ ਦੇ ਸਵੇਰ ਭਾਗ ਵਿੱਚੋਂ ਬੰਤੇ ਨੇ ਆਪਣੇ ਆਪ ਨੂੰ ਉਦੋਂ ਕਹੇ ਜਦੋਂ ਉਹ ਉਸ ਪਤੀ ਪਤਨੀ ਦੀਆਂ ਆਪਣੇ ਬੱਚਿਆਂ ਬਾਰੇ ਗੱਲਾਂ ਸੁਣਦਾ ਹੈ ਜਿਹੜੇ ਪੰਜ ਕੁੜੀਆਂ ਪਿੱਛੋਂ ਹੋਏ ਆਪਣੇ ਮੁੰਡੇ ਨੂੰ ਦਰਬਾਰ ਸਾਹਿਬ ਮੱਥਾ ਟਿਕਾ ਕੇ ਆਏ ਹਨ। ਤੇ ਵਿਆਖਿਆ ਵਿੱਚ ਅਸੀਂ ਲਿਖ ਸਕਦੇ ਹਾਂ, ਇਸ ਵਾਰਤਾਲਾਪ ਵਿੱਚ ਬੰਦਾ ਆਪਣੇ ਬੱਚਿਆਂ ਦੀ ਪੜ੍ਹਾਈ ਬਾਰੇ ਸੋਚਦਾ ਹੋਇਆ ਫੈਸਲਾ ਕਰਦਾ ਹੈ ਕਿ ਉਹ ਆਪਣੀਆਂ ਦੋਹਾਂ ਧੀਆਂ ਨੂੰ ਆਪਣੇ ਪੁੱਤਰ ਫੁੰਮਣ ਜਿੰਨਾ ਹੀ ਪੜ੍ਹਾਵੇਗਾ। ਅਗਲਾ ਹੈ, ਕਿਵੇਂ ਨਾ ਲੱਭੂ ਪੜ੍ਹਨ ਦੇ ਹਾਲੇ ਗੁੱਡੀ ਨੂੰ ਦਿਲ ਲਾ ਕੇ। ਇਸੇ ਪ੍ਰਸੰਗ ਵਿੱਚ ਅਸੀਂ ਲਿਖ ਸਕਦੇ ਹਾਂ, ਇਹ ਵਾਕ ਇੱਕ ਹੋਰ ਨਵਾਂ ਸਾਲ ਨੋਵਲ ਦੇ ਸਵੇਰ ਭਾਗ ਵਿੱਚ ਰਿਕਸ਼ੇ ਤੇ ਬੈਠਾ ਆਦਮੀ ਆਪਣੀ ਪਤਨੀ ਨੂੰ ਕਹਿ ਰਿਹਾ ਸੀ। ਪਤੀ ਚਾਹੁੰਦਾ ਹੈ ਕਿ ਰਿਸ਼ਤੇ ਦੀ ਥਾਂ ਉਹਨਾਂ ਨੂੰ ਕੁੜੀ ਦੀ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਵਿਆਖਿਆ, ਰਿਕਸ਼ੇ ਤੇ ਬੈਠੀ ਔਰਤ ਆਪਣੇ ਪਤੀ ਨਾਲ ਆਪਣੀ ਧੀ ਸਵਰਨੀ ਲਈ ਆਏ ਰਿਸ਼ਤੇ ਦੀ ਗੱਲ ਕਰਦੀ ਹੈ। ਪਤੀ ਕਹਿੰਦਾ ਹੈ ਕਿ ਇਸ ਸਮੇਂ ਰਿਸ਼ਤੇ ਦੀ ਥਾਂ ਉਹਨਾਂ ਨੂੰ ਕੁੜੀ ਦੀ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਅਗਲਾ ਹੈ, ਪਰ ਭੈਣ ਵਿਆਹ ਤਾਂ ਹਾਲੇ 2 ਸਾਲ ਠਹਿਰ ਕੇ ਹੀ ਕਰਨਾ, ਪੜ੍ਹਦੀ ਰਹਿਣ ਦੇ ਸੂ ਕਾਲਜੋਂ ਕਾਨੂੰ ਉਠਾ ਲੈਣਾ ਹੋਇਆ। ਇਸੇ ਪ੍ਰਸੰਗ ਵਿੱਚ ਅਸੀਂ ਲਿਖ ਸਕਦੇ ਹਾਂ, ਇਹ ਬਾਤ ਨਰਿੰਦਰ ਤਸਨੀਮ ਦੇ ਨੋਵਲ ਇੱਕ ਹੋਰ ਨਵਾਂ ਸਾਲ ਦੇ ਭਾਗ ਸਵੇਰ ਵਿੱਚ ਲਾਜੋ ਨੇ ਮਹੇਸ਼ੀ ਦੀ ਮਾਂ ਨੂੰ ਕਹੇ ਜਦੋਂ ਉਹ ਕੁੜੀ ਨੂੰ ਹੋਰ ਅੱਗੇ ਪੜ੍ਹਾਉਣ ਦੇ ਹੱਕ ਵਿੱਚ ਨਹੀਂ। ਵਿਆਖਿਆ ਵਿੱਚ ਅਸੀਂ ਲਿਖ ਸਕਦੇ ਹਾਂ, ਵਿਛੋੜਨ ਲਾਜੋ ਮਹੇਸ਼ੀ ਦੀ ਮਾਂ ਨੂੰ ਕਹਿੰਦੀ ਹੈ ਕਿ ਵਿਆਹ ਤਾਂ ਅਜੇ 2 ਸਾਲ ਠਹਿਰ ਕੇ ਕਰਨਾ, ਇਸ ਕਰਕੇ ਉਹ ਕੁੜੀ ਨੂੰ ਕਾਲਜ ਵਿੱਚੋਂ ਪੜ੍ਹਨ ਤੋਂ ਹਟਾਉਣ ਲਈ ਨਾ ਕਹੇ, ਇਹ ਠੀਕ ਨਹੀਂ ਹੈ। ਅਗਲਾ ਹੈ, ਲਾਜੋ ਜੇ ਇਹ ਕੁੜੀ ਪਸੰਦ ਆ ਗਈ ਤਾਂ ਮੈਂ ਮੁੰਦਰੀ ਪਾ ਦੇਣੀ ਹੈ ਉਹਨੂੰ। ਤੇ ਪ੍ਰਸੰਗ ਵਿੱਚ ਅਸੀਂ ਲਿਖ ਸਕਦੇ ਹਾਂ, ਇਹ ਵਾਕ ਨਰਿੰਦਰ ਤਸਨੀਮ ਦੇ ਨੋਵਲ ਇੱਕ ਹੋਰ ਨਵਾਂ ਸਾਲ ਦੇ ਭਾਗ ਸਵੇਰ ਵਿੱਚ ਮਹੇਸ਼ੀ ਦੀ ਮਾਂ ਵਿਛੋਲਣ ਲਾਜੋ ਨੂੰ ਉਦੋਂ ਕਹਿੰਦੀ ਹੈ ਜਦੋਂ ਉਹ ਦੋਵੇਂ ਬੰਤੇ ਦੇ ਰਿਕਸ਼ੇ ਤੇ ਬੈਠ ਕੇ ਕੁੜੀਆਂ ਵੇਖਣ ਜਾ ਰਹੀਆਂ ਸਨ। ਤੇ ਵਿਆਖਿਆ ਵਿੱਚ ਅਸੀਂ ਲਿਖ ਸਕਦੇ ਹਾਂ, ਮੁੰਡੇ ਦੀ ਮਾਂ ਵਿਛੋਲਣ ਲਾਜੋ ਨੂੰ ਕਹਿੰਦੀ ਹੈ ਕਿ ਜੇਕਰ ਕੁੜੀ ਉਸਨੂੰ ਪਸੰਦ ਆ ਗਈ ਤਾਂ ਉਹ ਕੁੜੀ ਨੂੰ ਮੁੰਦਰੀ ਪਾ ਕੇ ਆਪਣੇ ਮੁੰਡੇ ਲਈ ਰੋਕ ਲਵੇਗੀ, ਉਹ ਆਪਣੇ ਮੁੰਡੇ ਦੇ ਵਿਆਹ ਲਈ ਬੜੀ ਉਤਾਵਲੀ ਹੈ। ਅਗਲਾ, ਲੋਕ ਰਾਜ ਦਾ ਮਤਲਬ ਕਿ ਲੋਕਾਂ ਦਾ ਰਾਜ, ਜਿਸ ਤਰ੍ਹਾਂ ਕਿ ਸਾਡੇ ਮੁਲਕ ਵਿੱਚ ਹੈ, ਲੋਕ ਹੀ ਰਾਜ ਕਰਦੇ ਹੈ, ਰਾਜੇ ਮਹਾਰਾਜੇ ਨਹੀਂ ਕਰਦੇ। ਪ੍ਰਸੰਗ, ਇਹ ਸ਼ਬਦ ਨਰਿੰਦਰ ਤਸਨੀਮ ਦੇ ਨੋਵਲ ਇੱਕ ਹੋਰ ਨਵਾਂ ਸਾਲ ਵਿੱਚ ਬੰਤੇ ਨੇ ਆਪਣੇ ਪੁੱਤਰ ਫੁੰਮਣ ਨੂੰ ਉਦੋਂ ਕਹੇ ਜਦੋਂ ਉਸ ਨੂੰ ਪੜ੍ਹਾਉਂਦਾ ਹੈ ਤੇ ਉਹ ਕਵਿਤਾ ਵਿੱਚ ਆਏ ਹੋਰ ਸ਼ਬਦਾਂ ਦੇ ਨਾਲ ਲੋਕ ਰਾਜ ਦਾ ਮਤਲਬ ਪੁੱਛਦਾ ਹੈ। ਵਿਆਖਿਆ, ਬੰਤਾ ਦੱਸਦਾ ਹੈ ਕਿ ਲੋਕ ਰਾਜ ਦਾ ਮਤਲਬ ਹੈ ਉਹ ਰਾਜ ਜੋ ਲੋਕਾਂ ਦੇ ਹੱਥ ਵਿੱਚ ਹੋਵੇ, ਜਿੱਥੋਂ ਦੀ ਸਰਕਾਰ ਲੋਕ ਵੋਟਾਂ ਪਾ ਕੇ ਚੁਣਨ
ਅਜਿਹਾ ਲੋਕ ਰਾਜ ਸਾਡੇ ਦੇਸ਼ ਵਿੱਚ ਵੀ ਹੈ। ਇੱਥੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਸਰਕਾਰ ਹੈ, ਨਾ ਕਿ ਰਾਜਿਆਂ ਦੀ। ਇਹਨਾਂ ਨੂੰ ਵੀ ਸੈਰ ਕਰਾ ਦੇ, ਇਹ ਕੋਈ ਮਤਰੇਈਆਂ ਤਾਂ ਨਹੀਂ। ਪ੍ਰਸੰਗ, ਇਹ ਸ਼ਬਦ ਨਰਿੰਦਰ ਤਸਨੀਮ ਦੇ ਨੋਵਲ ਇੱਕ ਹੋਰ ਨਵਾਂ ਸਾਲ ਵਿੱਚ ਤਾਰੋ ਨੇ ਬੰਤੇ ਨੂੰ ਉਦੋਂ ਕਹੇ ਜਦੋਂ ਉਹ ਦੁਪਹਿਰ ਪਿੱਛੋਂ ਘਰੋਂ ਰਿਕਸ਼ਾ ਲੈ ਜਾਣ ਸਮੇਂ ਫੁੰਮਣ ਨੂੰ ਵਿੱਚ ਬਿਠਾ ਕੇ ਉਸਨੂੰ ਸੈਰ ਕਰਾਉਣ ਦੀ ਗੱਲ ਕਰਦਾ ਹੈ। ਵਿਆਖਿਆ, ਇਸ ਸਮੇਂ ਤਾਰੋ ਨੇ ਬੰਤੇ ਨੂੰ ਕਿਹਾ ਕਿ ਉਹ ਇਕੱਲੇ ਫੁੰਮਣ ਨੂੰ ਕਿਉਂ ਸੈਰ ਕਰਵਾਉਣ ਲਈ ਲਿਜਾਂਦਾ ਹੈ, ਉਹ ਕੁੜੀਆਂ ਨੂੰ ਵੀ ਨਾਲ ਬਿਠਾਏ ਕਿਉਂਕਿ ਉਹ ਵੀ ਫੁੰਮਣ ਵਾਂਗ ਉਸਦੀਆਂ ਆਪਣੀਆਂ ਹੀ ਹਨ। ਅਗਲਾ, ਲੋੜ ਤੈਨੂੰ ਬਹੁ ਸ਼ਾਮ ਨੂੰ, ਕਿਸੇ ਵੇਲੇ ਪਾਨ ਖੁੜੋਂ ਸਵਾਰੀ ਨਹੀਂ ਮਿਲਦੀ। ਪ੍ਰਸੰਗ, ਇਹ ਸ਼ਬਦ ਨਰਿੰਦਰ ਤਸਨੀਮ ਦੇ ਨੋਵਲ ਇੱਕ ਹੋਰ ਨਵਾਂ ਸਾਲ ਵਿੱਚੋਂ ਤਾਰੋ ਨੇ ਬੰਤੇ ਨੂੰ ਉਦੋਂ ਕਹੇ ਜਦੋਂ ਉਹ ਦੁਪਹਿਰੇ ਘਰ ਆਰਾਮ ਕਰਨ ਲਈ ਆਉਣ ਸਮੇਂ ਉਸ ਨੂੰ ਬੁੱਝੇ ਵਿੱਚੋਂ ਪੈਸੇ ਕੱਢ ਕੇ ਦਿੰਦਾ ਤੇ ਤਾਰੋ ਉਸਨੂੰ ਪਾਨ ਵਾਪਸ ਕਰਦੀ ਹੈ, ਪਰ ਉਹ ਉਸਨੂੰ ਪਾਨ ਵੀ ਆਪਣੇ ਕੋਲ ਰੱਖਣ ਲਈ ਕਹਿੰਦਾ ਹੈ। ਵਿਆਖਿਆ, ਇਸ ਸਮੇਂ ਤਾਰੋ ਉਸਨੂੰ ਕਹਿੰਦੀ ਹੈ ਕਿ ਉਸਨੂੰ ਪਾਨ ਆਪਣੇ ਕੋਲ ਰੱਖਣੀ ਚਾਹੀਦੀ ਹੈ ਕਿਉਂਕਿ ਸ਼ਾਮ ਨੂੰ ਉਸਨੂੰ ਲੋੜ ਪੈ ਸਕਦੀ ਹੈ, ਕਈ ਵਾਰੀ ਪਾਨ ਨਾ ਹੋਣ ਕਰਕੇ ਸਵਾਰੀ ਨਹੀਂ ਮਿਲਦੀ। ਅਗਲਾ ਹੈ, ਹੌਲੀ ਚਲਾਵੇ ਰਿਕਸ਼ਾ ਬੰਤਿਆ, ਤੈਨੂੰ ਦੀਦਾ ਨੀ, ਕੁੜੀ ਦੀ ਹਾਲਤ ਤਾਂ ਵੇਖ। ਪ੍ਰਸੰਗ, ਇਹ ਵਾਰਤਾਲਾਪ ਨਰਿੰਦਰ ਤਸਨੀਮ ਦੇ ਲਿਖੇ ਨੋਵਲ ਇੱਕ ਹੋਰ ਨਵਾਂ ਸਾਲ ਦੇ ਦੁਪਹਿਰ ਭਾਗ ਵਿੱਚੋਂ ਲਿਆ ਗਿਆ ਹੈ। ਇਹ ਵਾਰਤਾਲਾਪ ਬੰਤੇ ਦੀ ਮਾਂ ਬੰਤੇ ਨੂੰ ਉਦੋਂ ਕਹਿੰਦੀ ਹੈ ਜਦੋਂ ਉਹ ਤੇ ਉਸਦੀ ਨੂੰਹ ਤਾਰੋ ਬਸੰਤ ਪੰਚਮੀ ਤੇ ਬੰਤੇ ਦੇ ਰਿਕਸ਼ੇ ਤੇ ਬੈਠ ਕੇ ਜਾਂਦੀਆਂ ਹਨ। ਵਿਆਖਿਆ, ਬੰਤਾ ਬਸੰਤ ਪੰਚਮੀ ਤੇ ਆਪਣੀ ਮਾਂ ਤੇ ਪਤਨੀ ਨੂੰ ਛੇਹਰਟਾ ਸਾਹਿਬ ਲਿਜਾ ਰਿਹਾ ਸੀ। ਭੀੜ ਵੇਖ ਕੇ ਉਸਦੀ ਬੇਬੇ ਉਸਨੂੰ ਰਿਕਸ਼ਾ ਹੌਲੀ ਚਲਾਉਣ ਲਈ ਕਹਿੰਦੀ ਹੈ, ਨਾਲੇ ਕਹਿੰਦੀ ਹੈ ਕਿ ਉਸਦੀ ਘਰਵਾਲੀ ਤਾਰੋ ਡਰੀ ਹੋਈ ਹੈ। ਅਗਲਾ, ਖੇਡਿਆ ਮੱਲਿਆ ਕਰਨਾ ਬੱਚਿਆਂ ਨਾਲ, ਤੂੰ ਤਾਂ ਉਹਨਾਂ ਨੂੰ ਬੁਲਾਉਂਦੀ ਹੀ ਨਹੀਂ। ਪ੍ਰਸੰਗ, ਇਹ ਵਾਰਤਾਲਾਪ ਨਰਿੰਦਰ ਤਸਨੀਮ ਦੇ ਨੋਵਲ ਇੱਕ ਹੋਰ ਨਵਾਂ ਸਾਲ ਦੇ ਪਾਕ ਸ਼ਾਮ ਵਿੱਚ ਇੱਕ ਵਡੇਰੀ ਉਮਰ ਦਾ ਆਦਮੀ ਆਪਣੀ ਦੂਜੀ ਪਤਨੀ ਨੂੰ ਕਹਿੰਦਾ ਜਦੋਂ ਉਹ ਬੰਤੇ ਦੇ ਰਿਕਸ਼ੇ ਤੇ ਬੈਠ ਕੇ ਜਾ ਰਹੇ ਹਨ। ਵਿਆਖਿਆ, ਵਡੇਰੀ ਉਮਰ ਦਾ ਆਦਮੀ ਆਪਣੀ ਦੂਜੀ ਪਤਨੀ ਨੂੰ ਸਲਾਹ ਦਿੰਦਾ ਹੈ ਕਿ ਉਸਨੂੰ ਉਸਦੇ ਪਹਿਲੇ ਪਤੀ ਦੇ ਬੱਚਿਆਂ ਨਾਲ ਰਲ ਮਿਲ ਕੇ ਰਹਿਣਾ ਚਾਹੀਦਾ ਹੈ, ਉਹਨਾਂ ਨਾਲ ਖੇਡਣਾ ਚਾਹੀਦਾ ਹੈ, ਉਹ ਤਾਂ ਬੱਚਿਆਂ ਨਾਲ ਗੱਲ ਤੱਕ ਨਹੀਂ ਕਰਦੀ। ਅਗਲਾ, ਸਾਨੂੰ ਪਿੰਡਾਂ ਵਾਲਿਆਂ ਨੂੰ ਤਾਂ ਕੁਝ ਸਮਝਦੇ ਹੀ ਨਹੀਂ, ਇੱਕ ਦਾ ਮੁੱਛਦੇ ਸਾਡੇ ਅਰਗਿਆਂ ਨੂੰ, ਦੂਜਾ ਟਿਚਰਾਂ ਕਰਦੇ ਆ। ਪ੍ਰਸੰਗ, ਇਹ ਸ਼ਬਦ ਨਰਿੰਦਰ ਤਸਨੀਮ ਦੇ ਨੋਵਲ ਇੱਕ ਹੋਰ ਨਵਾਂ ਸਾਲ ਦੇ ਪਾਕ ਸ਼ਾਮ ਵਿੱਚ ਇੱਕ ਬਜ਼ੁਰਗ ਸਵਾਰੀ ਨੇ ਬੰਤੇ ਨੂੰ ਉਦੋਂ ਕਹੇ ਜਦੋਂ ਉਹ ਆਪਣੀ ਘਰਵਾਲੀ ਦੀਆਂ ਅੱਖਾਂ ਦੇ ਇਲਾਜ ਵਾਸਤੇ ਹਸਪਤਾਲ ਜਾ ਰਿਹਾ ਸੀ। ਵਿਆਖਿਆ, ਬਜ਼ੁਰਗ ਆਦਮੀ ਦੱਸਦਾ ਹੈ ਕਿ ਹਸਪਤਾਲ ਵਿੱਚ ਡਾਕਟਰ ਤੋਂ ਇਲਾਵਾ ਜਿਹੜੇ ਹੋਰ ਕਰਮਚਾਰੀ ਹਨ ਕੰਮ ਕਰਨ ਲਈ ਰਿਸ਼ਵਤ ਮੰਗਦੇ ਹਨ, ਪਿੰਡਾਂ ਦੇ ਸਿੱਧੇ ਸਾਧੇ ਲੋਕਾਂ ਦੀ ਕਦਰ ਨਹੀਂ ਕਰਦੇ ਅਤੇ ਉਹਨਾਂ ਦਾ ਮਜ਼ਾਕ ਵੀ ਉਡਾਉਂਦੇ ਹਨ। ਅਗਲਾ ਹੈ, ਜਾਏਂਗੇ ਤਾਂ ਸਹੀ ਪਰ ਅਭੀ ਨਹੀਂ, ਬਹੁਤ ਦੇਰ ਬਾਅਦ, ਸਾਹਿਬ ਕੀ ਗਾੜੀ ਛੋੜ ਆਏਗੀ ਉਹਨੇ। ਪ੍ਰਸੰਗ, ਇਹ ਵਾਰਤਾਲਾਪ ਨਰਿੰਦਰ ਤਸਨੀਮ ਦੇ ਨੋਵਲ ਇੱਕ ਹੋਰ ਨਵਾਂ ਸਾਲ ਦੇ ਪਾਕ ਸ਼ਾਮ ਵਿੱਚ ਬੰਤੇ ਨੂੰ ਵੱਡੇ ਅਫਸਰ ਦਾ ਗੇਟ ਕੀਪਰ ਕਹਿੰਦਾ ਹੈ ਜਦੋਂ ਉਹ ਬੰਤਾ ਸਵਾਰੀਆਂ ਦੀ ਉਡੀਕ ਕਰ ਰਿਹਾ ਹੁੰਦਾ ਹੈ। ਵਿਆਖਿਆ, ਬੰਤਾ ਸੋਚਦਾ ਹੈ ਕਿ ਕੋਈ ਸਵਾਰੀ ਮਿਲ ਜਾਏ ਪਰ ਉਸਨੂੰ ਅਫਸਰ ਦਾ ਗਾਰਡ ਦੱਸਦਾ ਹੈ ਕਿ ਜਿਹੜੇ ਲੋਕ ਉਸਦੇ ਰਿਕਸ਼ੇ ਤੇ ਆਏ ਹਨ ਉਹ ਅਜੇ ਨਹੀਂ ਜਾਣਗੇ, ਉਹਨਾਂ ਨੂੰ ਬਹੁਤ ਸਮਾਂ ਲੱਗ ਜਾਏਗਾ, ਨਾਲੇ ਉਹਨਾਂ ਨੂੰ ਅਫਸਰ ਦੀ ਗੱਡੀ ਛੱਡ ਆਏਗੀ। ਅਗਲਾ ਹੈ, ਲੋਕਾਂ ਕੋਲ ਕਾਰਾਂ ਤਾਂ ਭਾਵੇਂ ਨਾ ਹੋਣ ਇੰਨੀਆਂ ਪਰ ਇਹ ਰਿਕਸ਼ਾ ਤਾਂ ਮੁੱਕ ਜਾਵੇ ਇੱਕ ਵਾਰੀ, ਇਕੱਲਾ ਬੰਦਾ ਜਦੋਂ ਦੋ ਜਣਿਆਂ ਨੂੰ ਖਿੱਚਦਾ ਤਾਂ ਜਾਨ ਬਾਹਰ ਆਉਣ ਨੂੰ ਕਰਦੀ ਹੈ। ਪ੍ਰਸੰਗ, ਇਹ ਵਾਰਤਾਲਾਪ ਨਰਿੰਦਰ ਤਸਨੀਮ ਦੇ ਨੋਵਲ ਇੱਕ ਹੋਰ ਨਵਾਂ ਸਾਲ ਦੇ ਪਾਕ ਸ਼ਾਮ ਵਿੱਚ ਬੰਤਾ ਰਿਕਸ਼ੇ ਵਾਲਾ ਆਪਣੀ ਪਤਨੀ ਤਾਰੋ ਨੂੰ ਕਹਿੰਦਾ, ਅਸਲ ਵਿੱਚ ਉਹ ਰਿਕਸ਼ਾ ਚਲਾ ਚਲਾ ਕੇ ਅੱਕ ਗਿਆ ਸੀ। ਵਿਆਖਿਆ, ਬੰਤਾ ਆਪਣੀ ਪਤਨੀ ਤਾਰੋ ਨੂੰ ਕਹਿੰਦਾ ਕਿ ਲੋਕਾਂ ਕੋਲ ਕਾਰਾਂ ਬੇਸ਼ੱਕ ਨਾ ਹੋਣ ਪਰ ਰਿਕਸ਼ਾ ਨਹੀਂ ਹੋਣਾ ਚਾਹੀਦਾ ਕਿਉਂਕਿ ਜਦੋਂ ਇੱਕ ਬੰਦਾ ਦੋ ਜਣਿਆਂ ਨੂੰ ਰਿਕਸ਼ੇ ਤੇ ਬਿਠਾ ਕੇ ਖਿੱਚਦਾ ਤਾਂ ਜਾਨ ਬਾਹਰ ਨਿਕਲ ਜਾਂਦੀ ਹੈ, ਬਹੁਤ ਜ਼ੋਰ ਲੱਗਦਾ ਤੇ ਕੰਮ ਬੜਾ ਔਖਾ ਹੈ। ਅਗਲਾ, ਰੋਣਾ ਤਾਂ ਹੈ ਕਿ ਫੇਰ ਵੀ ਪੂਰੀ ਨਹੀਂ ਪੈਂਦੀ, ਹੱਡ ਟੁੱਟ ਜਾਂਦੇ ਹੈ ਰਾਤ ਤੀਕ ਪਰ ਢਿੱਡ ਭਰਨ ਜੋਗੇ ਪੈਸੇ ਨਹੀਂ ਬਣਦੇ। ਪ੍ਰਸੰਗ, ਇਹ ਸ਼ਬਦ ਨਿਰੰਜਨ ਤਸਨੀਮ ਦੇ ਨੋਵਲ ਇੱਕ ਹੋਰ ਨਵਾਂ ਸਾਲ ਵਿੱਚ ਦਿਆਲੇ ਨੇ ਬੰਤੇ ਨੂੰ ਉਦੋਂ ਕਹੇ ਜਦੋਂ ਉਹ ਪ੍ਰਭਾਵਸ਼ਾਲੀ ਸ਼ਖਸੀਅਤ ਵਾਲੀ ਪ੍ਰੋਫੈਸਰਨੀ ਨੂੰ ਖਾਲਸਾ ਕਾਲਜ ਤੋਂ ਘਰ ਛੱਡ ਕੇ ਆਉਂਦਾ ਬਹੁਤ ਖੁਸ਼ ਹੁੰਦਾ ਤੇ ਨਾਲ ਹੀ ਬੰਤੇ ਨਾਲ ਆਪਣੇ ਤੰਗੀਆਂ ਤੁਰਸ਼ੀਆਂ ਤੇ ਗਰੀਬੀ ਨਾਲ ਭਰੇ ਜੀਵਨ ਦੀ ਗੱਲ ਕਰਦਾ ਤੇ ਬੰਤਾ ਕਹਿੰਦਾ ਕਿ ਮਿਹਨਤ ਕਰਕੇ ਹੀ ਉਹਨਾਂ ਨੂੰ ਖਾਣ ਨੂੰ ਮਿਲੇਗਾ। ਵਿਆਖਿਆ, ਬੰਤੇ ਦੀ ਗੱਲ ਸੁਣ ਕੇ ਦਿਆਲਾ ਕਹਿੰਦਾ ਹੈ ਕਿ ਦੁੱਖ ਤਾਂ ਇਸ ਗੱਲ ਦਾ ਹੈ ਕਿ ਉਹ ਮਿਹਨਤ ਮੁਸ਼ਕਤ ਵੀ ਬਥੇਰੀ ਕਰਦੇ ਹਨ, ਰਾਤ ਤੱਕ ਰਿਕਸ਼ਾ ਚਲਾਉਂਦੇ ਉਹਨਾਂ ਦੇ ਹੱਡ ਟੁੱਟ ਜਾਂਦੇ ਹਨ, ਪਰੰਤੂ ਫੇਰ ਵੀ ਉਹਨਾਂ ਕੋਲ ਟੱਬਰ ਦਾ ਢਿੱਡ ਭਰਨ ਜੋਗੇ ਪੈਸੇ ਨਹੀਂ ਹੁੰਦੇ। ਅਗਲਾ, ਸਾਡੇ ਕੋਲ ਵੇਲ ਕਿੱਥੇ ਬਾਤਾਂ ਸੁਣਨ ਦੀ, ਛੋਟੇ ਹੁੰਦਿਆਂ ਸੁਣਦੇ ਸੀ ਬੇਬੇ ਕੋਲੋਂ। ਪ੍ਰਸੰਗ,
ਇਹ ਸ਼ਬਦ ਨਰਿੰਜਨ ਤਸਨੀਮ ਦੇ ਨੋਵਲ ਇੱਕ ਹੋਰ ਨਵਾਂ ਸਾਲ ਵਿੱਚ ਬੰਤੇ ਦੀ ਇੱਕ ਪੁਰਾਣੀ ਯਾਦ ਨਾਲ ਸੰਬੰਧਿਤ ਹਨ। ਜਦੋਂ ਇੱਕ ਕਵੀਆਂ ਵਰਗੇ ਬੰਦੇ ਨੇ ਬੰਤੇ ਨੂੰ ਰਿਕਸ਼ੇ ਵਿੱਚ ਬਹਿ ਕੇ ਬੰਤੇ ਤੋਂ ਕਹਾਣੀ ਸੁਣਨ ਲਈ ਪੁੱਛਿਆ, ਉਸਦੇ ਜਵਾਬ ਵਿੱਚ ਬੰਤੇ ਨੇ ਇਹ ਸ਼ਬਦ ਕਹੇ। ਵਿਆਖਿਆ, ਜਦੋਂ ਇੱਕ ਕਵੀਆਂ ਵਰਗੇ ਬੰਦੇ ਨੇ ਰਿਕਸ਼ੇ ਵਿੱਚ ਬੈਠ ਕੇ ਉਸ ਨੂੰ ਕਹਾਣੀ ਸੁਣਨ ਬਾਰੇ ਪੁੱਛਿਆ ਤਾਂ ਬੰਤੇ ਨੇ ਕਿਹਾ ਕਿ ਉਸ ਕੋਲ ਬਾਤਾਂ ਸੁਣਨ ਦੀ ਵੇਲ ਨਹੀਂ, ਉਹ ਛੋਟਾ ਹੁੰਦਾ ਬੇਬੇ ਕੋਲੋਂ ਬਾਤਾਂ ਸੁਣਦਾ ਹੁੰਦਾ ਸੀ।